ਤੁਨ ਅਗਲਾ ਕੁਸ਼ਨ ਇਸ ਤਰ੍ਹਾਂ ਹੈ ਜੀ ਜੇਕਰ ਕਿਸੇ ਸੰਖਿਆ ਦਾ ਇਕਾਈ ਅੰਕ 9 ਹੋਵੇ ਤਾਂ ਉਸ ਸੰਖਿਆ ਦੇ ਵਰਗ ਦਾ ਇਕਾਈ ਅੰਕ ਕੀ ਹੋਵੇਗਾ ਤੇ ਇਹ ਨੀਚੇ ਆਪਾਂ ਨੂੰ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਇੰਗਲਿਸ਼ ਵਿੱਚ ਸਟੇਟਮੈਂਟ ਹੈ ਇਫ ਦਾ ਯੂਨਿਟ ਪਲੇਸ ਡਿਜੀਟ ਆਫ ਅ ਨੰਬਰ ਇਜ਼ 9 ਦੈਨ ਵਾਟ ਵਿਲ ਬੀ ਦਾ ਯੂਨਿਟ ਪਲੇਸ ਡਿਜੀਟ ਆਫ ਅ ਸਕੁਅਰ ਆਫ ਦੈਟ ਨੰਬਰ ਤੇ ਇਸ ਕੁਸ਼ਨ ਨੂੰ ਸੋਲਵ ਕਰਨ ਲਈ ਸਾਨੂੰ ਜੋ ਆਪਾਂ ਨੂੰ ਇਕਾਈ ਅੰਕ ਵਿੱਚ ਨੰਬਰ ਦਿੱਤਾ ਹੈ ਉਸ ਦਾ ਆਪਾਂ ਕੀ ਕਰ ਦੇਣਾ ਹੈ ਸਕੁਅਰ ਕਰ ਦੇਣਾ ਹੈ ਤੇ ਉਸ ਦੇ ਸਕੁਅਰ ਤੋਂ ਆਪਾਂ ਨੂੰ ਕੀ ਮਿਲ ਜਾਏਗਾ ਜੋ ਉਸ ਦੇ ਵਰਗ ਦਾ ਇਕਾਈ ਅੰਕ ਹੈ ਉਹ ਆਪਾਂ ਨੂੰ ਮਿਲ ਜਾਏਗਾ ਤੇ ਦੇਖੋ ਹੁਣ ਕੀ ਆਨਸਰ ਆ ਸਕਦਾ ਜੀ ਆਪਣੇ ਕੋ ਪਹਿਲਾਂ ਜੋ ਇਕਾਈ ਅੰਕ ਆਪਾਂ ਨੂੰ ਦਿੱਤਾ ਹੋਇਆ ਉਹ ਹੈ 9 ਆਪਾਂ 9 ਦਾ ਕਰ ਦੇਣਾ ਹੈ ਵਰਗ ਸਕੁਅਰ ਕਰ ਦੇਣਾ ਹੈ ਤੇ 9 ਦਾ ਸਕੁਅਰ ਕਰਕੇ ਆਪਣੇ ਕੋ ਆਨਸਰ ਆ ਜਾਏਗਾ 9 ਦਾ ਸਕੁਅਰ ਮਤਲਬ 9 ਨੂੰ 9 ਦੇ ਨਾਲ ਆਪਾਂ ਗੁਣਾ ਕਰ ਦੇਣਾ ਹੈ ਮਲਟੀਪਲਾਈ ਕਰ ਦੇਣਾ ਹੈ 9 ਨੂੰ 9 ਨਾਲ ਗੁਣਾ ਕਰਾਂਗੇ ਤੇ ਇਸ ਨੂੰ ਆਪਣੇ ਕੋ ਆ ਜਾਏਗਾ 81 तो आप हूँ चैक करना है इसका एकाई अंक आप करना है वर्ग का एकाई अंक तो देखो एकाई अंक हूँ जो अपने को आंसर आ गया है एटी वन इकासी इकासी के जो एक अंक है वो कि आ रहा है वन आ रहा है इट मीन जो भी आप किसी नंबर का जेकर एकाई अंक है उसका आपेयर कर देने वर्क कर देने वर्क कर तो नंबर अपने को आ जाता है उसका जो इकई अंक है कि आ जाएगा एक दे बराबर आ जाएगा इटमीन किन रइट है जी फस्ट ऑप्शन इज़ द राइट ऑप्शन ਸਮਗਲਾ ਕੁਸ਼ਨ ਇਸ ਤਰ੍ਹਾਂ ਹੈ ਜੀ ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਇੱਕ ਪੂਰਨ ਵਰਗ ਸੰਖਿਆ ਹੈ ਇਹ ਨੀਚੇ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਇਹ ਚਾਰ ਆਪਸ਼ਨ ਵਿੱਚੋਂ ਆਪਾਂ ਦੇਖਣਾ ਹੈ ਕਿ ਕਿਹੜੀ ਇੱਕ ਪੂਰਨ ਵਰਗ ਸੰਖਿਆ ਹੈ ਤੇ ਇਸ ਨੂੰ ਇੰਗਲਿਸ਼ ਵਿੱਚ ਕਹਿ ਦਿੰਦੇ ਹਨ ਆਪਾਂ ਇੱਕ ਪਰਫੈਕਟ ਸਕੁਅਰ ਆਪਾਂ ਇੱਕ ਪਰਫੈਕਟ ਸਕੁਅਰ ਨੰਬਰ ਫਾਈਂਡ ਆਊਟ ਕਰਨਾ ਹੈ ਚਾਰ ਆਪਸ਼ਨ ਵਿੱਚੋਂ ਤੇ ਪਰਫੈਕਟ ਸਕੁਅਰ ਨੰਬਰ ਜਾਂ ਪੂਰਨ ਵਰਗ ਸੰਖਿਆ ਆਪਾਂ ਕਿਸ ਤਰ੍ਹਾਂ ਪਤਾ ਕਰਨੀ ਹੁੰਦੀ ਹੈ ਆਪਾਂ ਜੋ ਨੰਬਰ ਹੈ ਉਸ ਦੇ ਅਪਾਜ ਗੁਣਨਖੰਡ ਪਤਾ ਕਰਨੇ ਹਨ ਪ੍ਰਾਈਮ ਫੈਕਟਰਸ ਦੇ ਬਣਾਉਣੇ ਆਪਾਂ ਤੇ ਜੇਕਰ ਜੋ ਅਪਾਜ ਗੁਣਨਖੰਡ ਜੋੜਿਆਂ ਵਿੱਚ ਆ ਜਾਣ 2 2 ਦੇ ਗਰੁੱਪ ਵਿੱਚ ਆ ਜਵੇ ਤਾਂ ਉਹ ਆਪਣੇ ਕੋਈ ਇੱਕ ਪੂਰਨ ਵਰਗ ਸੰਖਿਆ ਹੁੰਦੀ ਹੈ ਲੇਕਿਨ ਜੇਕਰ ਆਪਣੇ ਕੋਈ ਅਪਾਜ ਗੁਣਨਖੰਡ ਜੋੜਿਆਂ ਵਿੱਚ ਨਹੀਂ ਆ ਰਿਹਾ ਤੇ ਇਟ ਮੀਨ ਉਹ ਆਪਣੇ ਕੋਈ ਇੱਕ ਪੂਰਨ ਵਰਗ ਸੰਖਿਆ ਨਹੀਂ ਹੁੰਦੀ ਹੈ ਹੁਣ ਪਹਿਲਾਂ ਦੇਖੋ ਆਪਾਂ 626 626 ਦੇ ਆਪਾਂ ਅਪਾਜ ਗੁਣਨਖੰਡ ਬਣਾਏ ਹਨ ਤੇ ਦੇਖੋ ਕਿ ਇਸ ਦੇ ਅਪਾਜ ਗੁਣਨਖੰਡ ਆਏ ਹਨ ਪਹਿਲਾਂ 2 ਆ ਗਿਆ ਹੈ ਦੂਸਰਾ 313 ਤੇ ਇਹ ਦੇਖੋ ਜੋੜਿਆਂ ਵਿੱਚ ਨਹੀਂ ਹਨ ਸੇਮ ਨੰਬਰ ਨਹੀਂ ਹਨ ਇਟ ਮੀਨ ਜੋ 626 ਹੈ ਉਹ ਆਪਣੇ ਕੋ ਇੱਕ ਪੂਰਨ ਵਰਗ ਸੰਖਿਆ ਨਹੀਂ ਹੈ ਇਸੇ ਤਰ੍ਹਾਂ ਦੂਸਰਾ ਦੇਖੋ ਦੂਸਰਾ ਆਪਣੇ ਕੋ 186 ਦੇ ਆਪਾਂ ਅਭਾਜ ਗੁਣਨਖੰਡ ਬਣਾਏ ਹਨ ਤੇ ਉਹ ਅਭਾਜ ਗੁਣਨਖੰਡ ਕਿਹੜੇ ਬਣੇ ਹਨ ਪਹਿਲਾ 2 3 ਤੇ 31 ਦੇਖੋ ਇਹ ਵੀ ਜੋੜਿਆਂ ਵਿੱਚ ਨਹੀਂ ਹੈ ਸਾਰੇ ਹੀ ਨੰਬਰ ਅਲੱਗ-ਅਲੱਗ ਹਨ ਇਟ ਮੀਨ 186 ਵੀ ਆਪਣੇ ਕੋ ਪੂਰਨ ਵਰਗ ਸੰਖਿਆ ਨਹੀਂ ਹੈ ਇਸੇ ਤਰ੍ਹਾਂ ਤੀਸਰਾ ਦੇਖੋ ਤੀਸਰਾ ਆਪਣੇ ਕੋ 675 ਦੇ ਅਭਾਜ ਗੁਣਖਣ ਬਣਾਏ ਹਨ ਦੇਖੋ ਆਪਣੇ ਕੋ ਪਹਿਲਾਂ 5 ਤੇ 5 5 ਦਾ ਜੋੜਾ ਬਣ ਗਿਆ ਫਿਰ 3 ਅਤੇ 3 ਦਾ ਵੀ ਇੱਕ ਜੋੜਾ ਬਣ ਗਿਆ ਬਟ ਲਾਸਟ ਵਿੱਚ ਜੋ 3 ਹੈ ਉਹ ਆਪਣੇ ਕੋ ਇਕੱਲਾ ਰਹਿ ਗਿਆ ਹੈ ਇਟ ਮੀਨ ਇਸ ਦਾ ਜੋੜਾ ਨਹੀਂ ਬਣਿਆ ਹੈ ਇਟ ਮੀਨ ਜੋ 675 ਹੈ ਉਹ ਵੀ ਆਪਣੇ ਕੋ ਇੱਕ ਪੂਰਨ ਵਰਗ ਸੰਖਿਆ ਇੱਕ ਪਰਫੈਕਟ ਸਕੁਅਰ ਨੰਬਰ ਨਹੀਂ ਹੈ ਹੁਣ ਲਾਸਟ ਵਿੱਚ ਆਪਣੇ ਕੋ ਹੈ ਜੀ 529 529 ਨੂੰ ਪਹਿਲਾਂ ਦੇਖੋ ਇਸ ਦੇ ਅਭਾਜ ਗੁਣਖਣ ਖਣਾਪਾ ਬਣਾਏ ਹਨ ਤੇ ਕਿਸ ਦੇ ਵਿੱਚ ਗਿਆ ਹੈ ਇਹ 23 ਵਿੱਚ 23 ਦੇ ਭਾੜੇ ਵਿੱਚ ਪੂਰਾ ਪੂਰਾ ਚਲਾ ਗਿਆ ਹੈ ਤੇ 23 ਦੇ ਆਪਣੇ ਕੋ ਦੇਖੋ ਦੋ ਝੋਟੇ ਵੀ ਬਣ ਗਏ ਹਨ ਪੇਰ ਬਣ ਗਿਆ ਹੈ 23 ਦਾ 23 23 ਕਿੰਨਾ ਹੁੰਦਾ ਆਪਣੇ ਕੋ 529 23 23 ਕਿਸ ਦੇ ਇਕੁਅਲ ਟੂ ਆ ਜਾਏਗਾ 529 ਦੇ ਇਕੁਅਲ ਇਟ ਮੀਨ ਜੋ ਆਪਣੇ ਕੋ 529 ਹੈ ਲਾਸਟ ਵਾਲਾ ਨੰਬਰ ਹੈ ਉਹ ਆਪਣੇ ਕੋ ਕੀ ਹੈ ਇੱਕ ਪੂਰਨ ਵਰਗ ਸੰਖਿਆ ਹੈ ਜੀ ਸਟੋ ਅਗਲਾ ਕੁਸ਼ਣ ਆਪਣੇ ਕੋ ਇਸ ਤਰ੍ਹਾਂ ਹੈ ਜੀ 12 ਦੇ ਵਰਗ ਅਤੇ 13 ਦੇ ਵਰਗ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਹਨ ਤੇ ਇਹ ਨੀਚੇ ਚਾਰ ਆਪਾਂ ਨੂੰ ਆਪਸ਼ਨ ਦਿੱਤੀਆਂ ਹੋਈਆਂ ਹਨ ਤੇ ਇੰਗਲਿਸ਼ ਵੀ ਸਟੇਟਮੈਂਟ ਇਸ ਤਰ੍ਹਾਂ ਹੈ ਜੀ ਹਾਊ ਮੈਨੀ ਨੇਚਰਲ ਨੰਬਰਸ ਲਾਈ ਬਿਟਵੀਨ ਸਕੁਅਰਸ ਆਫ 12 ਐਂਡ 13 ਤੇ ਇਸ ਤਰ੍ਹਾਂ ਦੇ ਕੁਐਸਚਨਸ ਨੂੰ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ ਜੇਕਰ ਦੋ ਆਪਣੇ ਕੋ ਲਗਾਤਾਰ ਨੰਬਰ ਦਿੱਤੇ ਹੋਏ ਹਨ ਉਹਨਾਂ ਦੇ ਵਰਗਾਂ ਦੇ ਵਿਚਕਾਰ ਆਪਾਂ ਕਿਸ ਤਰ੍ਹਾਂ ਸੰਖਿਆਵਾਂ ਪਤਾ ਕਰਨੀਆਂ ਹੁੰਦੀਆਂ ਹਨ ਜਿਹੜਾ ਵੀ ਦੋਆਂ ਵਿੱਚੋਂ ਆਪਣੇ ਕੋ ਛੋਟਾ ਨੰਬਰ ਹੈ ਜਿਸ ਤਰ੍ਹਾਂ 12 ਤੇ 13 12 ਛੋਟਾ ਨੰਬਰ ਹੈ ਆਪਾਂ ਕੀ ਕਰਨਾ ਹੈ ਜੋ ਵੀ ਛੋਟਾ ਨੰਬਰ ਹੈ ਉਸ ਨੂੰ ਆਪਾਂ 2 ਦੇ ਨਾਲ ਕੀ ਕਰ ਦੇਣਾ ਹੈ ਗੁਣਾ ਕਰ ਦੇਣਾ ਹੈ 2 ਦੇ ਨਾਲ ਮਲਟੀਪਲਾਈ ਕਰ ਦੇਣਾ ਹੈ ਤੇ 12 2 ਨੂੰ ਕਿੰਨਾ ਆਏਗਾ ਆਪਣੇ ਕੋ 24 ਇਟ ਮੀਨ 12 ਦੇ ਵਰਗ ਤੇ 13 ਦੇ ਵਰਗ ਦੇ ਵਿਚਕਾਰ ਕਿੰਨੀਆਂ ਪ੍ਰਕਿਰਤਿਕ ਸੰਖਿਆਵਾਂ ਆ ਜਾਣਗੀਆਂ 24 ਪ੍ਰਕਿਰਤਿਕ ਸੰਖਿਆਵਾਂ ਆ ਜਾਣਗੀਆਂ ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਸੋ ਅਗਲਾ ਕੁਸ਼ਨ ਇਸ ਤਰ੍ਹਾਂ ਹੈ ਜੀ 4225 ਦਾ ਵਰਗਮੂਲ ਦੱਸੋ find the square root of 4225 ਤੇ ਇਹ નીચે ਚਾਰ ਆਪਸ਼ਨ ਦਿੱਤੀ ਹੋਈਆਂ ਹਨ ਹੁਣ ਸੋਣ ਇਸ ਕੁਐਸਚਨ ਨੂੰ ਵੀ ਸੋਲਵ ਕਰਨ ਲਈ ਆਪਾਂ ਕੀ ਕਰਨਾ ਹੈ ਜੋ 4225 ਹੈ ਉਸਦੇ ਆਪਾਂ ਅਪਾਜ ਗੁਨਨਖੰਡ ਬਣਾਉਣੇ ਹਨ ਜੋ ਕਿ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਹੇ ਹਨ ਇਸਦੇ ਆਪਾਂ ਅਪਾਜ ਗੁਨਨਖੰਡ ਬਣਾ ਲਏ ਹਨ ਤੇ ਕਿਹੜੇ-ਕਿਹੜੇ ਇਸਦੇ ਅਪਾਜ ਗੁਨਨਖੰਡ ਆਏ ਹਨ 4225 ਦੇ ਦੇਖੋ ਜੀ ਆਪਣੇ ਕੋ ਪ੍ਰਾਈਮ ਫੈਕਟਰ ਕੀ ਆਏ ਹੈ 5 5 13 13 5 5 13 13 ਇਟ ਮੀਨ 4225 ਦੇ ਜੋ ਅਪਹਾਜ ਗੁਨਨਖੰਡ ਆਪਣੇ ਕੋ ਆਏ ਹਨ ਉਹ ਆਏ ਹਨ 5 5 13 13 ਤੇ ਆਪਾਂ ਨਜ਼ਰ ਆ ਰਿਹਾ ਹੈ ਜੋ ਇਸ ਦੇ ਅਪਹਾਜ ਗੁਨਨਖੰਡ ਹਨ ਉਹ ਜੋਟਿਆਂ ਵਿੱਚ ਹੈ ਪੇਅਰਸ ਵਿੱਚ ਹੈ ਦੇਖੋ ਇਹ 5 ਦਾ ਪੇਅਰ ਬਣ ਗਿਆ ਹੈ ਜੀ ਇਹ 13 ਦਾ ਪੇਅਰ ਬਣ ਗਿਆ 13 ਦਾ ਜੋਟਾ ਤੇ 5 ਦਾ ਜੋਟਾ ਤੇ ਹੁਣ ਆਪਾਂ ਕੀ ਲੈਣਾ ਇਸ ਦਾ ਵਰਗਮੂਲ ਤੇ ਵਰਗਮੂਲ ਦਾ ਸਾਈਨ ਆਪਣੇ ਕੋ ਕੀ ਹੁੰਦਾ ਹੈ ਇਸ ਨੂੰ ਇਹ ਆਪਣੇ ਕੋ ਹੁੰਦਾ ਹੈ ਜੇ ਵਰਗਮੂਲ ਦਾ ਸਾਈਨ ਕਿਸ ਦਾ ਵਰਗਮੂਲ ਆਪਾਂ ਲੈਣਾ ਹੈ 4225 ਦਾ ਤੇ ਜਦੋਂ ਆਪਾਂ ਵਰਗਮੂਲ ਲੈਂਦੇ ਹਾਂ ਤੇ ਜੋ ਝੋਟੇ ਹੁੰਦੇ ਹਨ ਪੇਰ ਹੁੰਦੇ ਹਨ ਉਹਨਾਂ ਵਿੱਚੋਂ ਆਪਾਂ ਇੱਕ ਇੱਕ ਨੰਬਰ ਲੈਣਾ ਹੁੰਦਾ ਹੈ ਇੱਕ ਨੰਬਰ ਆਪਾਂ ਇਹ 5 ਵਿੱਚੋਂ ਲਵਾਂਗੇ ਝੋਟੇ ਵਿੱਚੋਂ ਇੱਕ ਨੰਬਰ ਲੈਣਾ ਹੁੰਦਾ ਹੈ ਇਸੇ ਤਰ੍ਹਾਂ ਇੱਕ ਆਪਾਂ ਇਹ 13 ਦੇ ਵਿੱਚੋਂ ਇੱਕ ਨੰਬਰ ਲਵਾਂਗੇ ਤੇ 5 13 ਦੇਖੋ ਕਿੰਨਾ ਆ ਜਾਏਗਾ ਜੇ 13 5 65 ਇਟ ਮੀਨ 4225 ਦਾ ਆਪਣੇ ਕੋਲ ਵਰਗਮੂਲ ਕਿੰਨਾ ਆ ਗਿਆ ਹੈ ਜੀ 65 65 ਆ ਗਿਆ ਹੈ ਇਟ ਮੀਨ ਕਿਹੜੀ ਆਪਸ਼ਨ ਰਾਈਟ ਹੈ ਜੀ ਬੀ ਆਪਸ਼ਨ ਇਜ਼ ਦਾ ਰਾਈਟ ਆਪਸ਼ਨ ਸੁਣੋ 라ਹੂ ਨ ਸੇਮ ਕੁਐਸਚਨ ਨੂੰ ਆਪਾਂ ਡਿਵੀਜ਼ਨ ਮੈਥਡ ਨਾਲ ਸੋਲਵ ਕਰਦੇ ਹਾਂ ਜੀ 4225 ਦਾ ਆਪਾਂ ਕੀ ਪਤਾ ਕਰਨਾ ਹੈ ਵਰਗਮੂਲ ਸਕੁਅਰ ਰੂਟ ਫਾਈਂਡ ਆਊਟ ਕਰਨਾ ਹੈ 4225 ਨੂੰ ਆਪਾਂ ਅੰਦਰ ਦੇਖ ਲੈਣਾ ਹੈ ਇਹ ਮੰਡ ਵਿਧੀ ਨਾਲ ਸੋਲਵ ਕਰਨ ਜਾ ਰਹੇ ਹਾਂ ਡਿਵੀਜ਼ਨ ਮੈਥਡ ਦੇ ਨਾਲ ਤੇ ਹੁਣ ਦੇਖੋ ਆਪਾਂ ਕੀ ਕਰਨਾ ਇਸ ਦੇ ਦੋ ਦੋ ਦੀ ਆਪਾਂ ਗਰੂਪਿੰਗ ਕਰ ਲੈਣੀ ਹੈ ਰਾਈਟ ਸਾਈਡ ਤੋਂ ਸੱਜੇ ਪਾਸੇ ਤੋਂ ਇਹ ਦੋ ਨੰਬਰ ਦਾ ਪਹਿਲਾ ਗਰੁੱਪ ਬਣ ਗਿਆ ਇਹ ਦੂਸਰਾ ਗਰੁੱਪ ਬਣ ਗਿਆ ਤੇ ਹੁਣ ਦੇਖੋ ਆਪਾਂ ਪੜਾਂਗੇ ਜੀ सेम नंबर का आप टेबल पढ़ना होंगे है जिदा एक गुणा एक दो गुणा दो अपने को बताली लागे कि नंबर आएगा जी देखो छे गुणा छे आ जाएगा छे गुणा छः कि आ जाएगा अपने को छत्ती आ जाएगा जी हूँ देखो नीचे कि बच जाएगा आप बताली छत्ती कटावे छे बच जाएगा तो उपरों ये पूरा जोड़ा जो आप नीचे लिया है पच्ची हूँ इस जगह पर आपना हाँ है इस जगह पर यना हों जो ऊपर छे है ਇਸ ਦਾ ਦੁੱਗਣਾ ਕਰਨਾ ਹੈ ਇਸ ਨੂੰ 2 ਦੇ ਨਾਲ ਗੁਣਾ ਕਰਕੇ ਲਿਖਣਾ ਹੁੰਦਾ ਹੈ 6 ਨੂੰ 2 ਦੇ ਨਾਲ ਗੁਣਾ ਕਰਾਂਗੇ ਕਿੰਨਾ ਆ ਜਾਏਗਾ ਜੀ 12 ਇਟ ਮੀਨ ਇਸ ਜਗ੍ਹਾ ਤੇ ਆਪਾਂ ਹੁਣ ਕੀ ਲਿਖ ਦੇਣਾ ਹੈ 12 ਲਿਖ ਦੇਣਾ ਹੈ ਜੀ ਦੇਖੋ ਇਸ ਜਗ੍ਹਾ ਕੀ ਲਿਖ ਦੇਣਾ ਆਪਾਂ 12 ਤੇ ਨਾਲ ਜਗ੍ਹਾ ਖਾਲੀ ਛੱਡ ਦੇਣੀ ਹੈ ਇਸ ਜਗ੍ਹਾ ਦੇ ਵਿੱਚ ਫਿਰ ਆਪਾਂ ਇੱਕ ਤੋਂ ਸਟਾਰਟ ਕਰ ਦੇਣਾ ਹੈ 1 2 3 ਇਸ ਤਰ੍ਹਾਂ ਨੰਬਰਸ ਆਪਾਂ ਫਿਲ ਕਰਨੇ ਸ਼ੁਰੂ ਕਰ ਦੇਣੇ ਹਨ ਤੇ ਲਿਖਣਾ ਹੈ ਕਿ ਕਿਸ ਨੰਬਰ ਦੇ ਨਾਲ ਆਪਾਂ ਇਸ ਜਗ੍ਹਾ ਤੇ ਕਿਹੜਾ ਨੰਬਰ ਫਿਲ ਕਰਦੇ ਹਾਂ ਕਿ ਉਸ ਨੂੰ ਉਸੇ ਨੰਬਰ ਨਾਲ ਗੁਣਾ ਕਰਕੇ ਪੂਰਾ ਜੋ ਨੰਬਰ ਹੈ ਉਹ 625 ਦੇ ਇਕੁਅਲ ਆ ਜਾਵੇ तो देखो अपने को बारह से बारह के पिछे आप नंबर लिखिए आप लिख हैं मान लो पांच क्योंकि लास्ट में अपने को फाइव है तो फाइव में फाइव न मल्टीप्लाई करते हैं तो अपने को फाइव आ जाता है देखो फाइव में उसमें मल्टीप्लाई कर देना जो नंबर इतने लिखना है सेम नंबर में मल्टीप्लाई करना है पंजू पा पच्ची आ जाएगा छे दूनी बारह तो एक अपने को आ जाएगा जी पंज दूनी दस तो दो बारह आ जाएगा तो फिर अपने को एक अगे चला जाएगा पांच एकम तो एक छे देखो पूरा पूरा चला गया अपने को छे सौ पच्ची इटमीन नंबर इतने आएगा फाइव जो नंबर लिखना है वह सेम नंबर आप उपर लिखना है ये आ जाएगा छे सौ पच्ची हम पूरा पूरा वंडिया गया इट मीन चार हज़ार दो सौ पच्ची का जो वर्ग मूल है वो किस दे गया है जो ऊपर नंबर अपने को आया है वो वी सिक्सटी फाइव इट मीन चार हज़ार दो सौ पच्ची का जो वर्ग मूल है आ जाएगा पैंठ को आ जाएगा इट मीन बी ऑप्शन इज द राइट ऑप्शन ਸੋ ਅਗਲਾ ਕੁਸ਼ਣ ਇਸ ਤਰ੍ਹਾਂ ਹੈ ਜੀ 1 3 5 7 9 11 13 15 ਇਹ ਆਪਣੇ ਕੋ ਨਜ਼ਰ ਆ ਰਹੀਆਂ ਹਨ ਸਾਰੀਆਂ ਹੀ ਕੀ ਹਨ ਟਾਂਕ ਸੰਖਿਆਵਾਂ ਹਨ ਔਡ ਨੰਬਰਸ ਹਨ ਤੇ ਇਹਨਾਂ ਨੂੰ ਪਲੱਸ ਕਰਕੇ ਆਪਣੇ ਕੋ ਕਿਹੜਾ ਆਨਸਰ ਆਏਗਾ ਇਹ نیچے ਆਪਣੇ ਕੋ ਚਾਰ ਆਪਸ਼ਨ ਦਿੱਤੀਆਂ ਹੋਈਆਂ ਹਨ ਸੋ ਇੱਕ ਤਾਂ ਮੈਥਡ ਹੈ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਸਿੰਪਲ ਜਿਸ ਤਰ੍ਹਾਂ ਮੈਥਡ ਵਿੱਚ ਹੁੰਦੇ ਹਨ ਇੱਕ ਵਿੱਚ ਤਿੰਨ ਜੋੜੇ ਚਾਰ ਆ ਜਾਏਗਾ ਚਾਰ ਵਿੱਚ ਪੰਜ ਜੋੜੇ ਨੌ ਆ ਜਾਏਗਾ ਇਸ ਤਰ੍ਹਾਂ ਪਲੱਸ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਸ ਨੂੰ ਸਿੰਪਲ ਇੱਕ ਆਪਣੇ ਕੋ ਫਾਰਮੂਲਾ ਹੁੰਦਾ ਹੈ ਕਿ ਪਹਿਲੀਆਂ ਜੋ n ਟਾਂਕ ਸੰਖਿਆਵਾਂ ਦਾ ਜੋੜ ਹੈ ਉਹ ਕਿਸ ਦੇ ਬਰਾਬਰ ਹੁੰਦਾ ਹੈ n ਦਾ ਸਕੁਅਰ ਸਮ ਆਫ ਫਰਸਟ n ਆਰਡ ਨੰਬਰ ਕਿਸ ਦੇ ਇਕੁਅਲ ਟੂ ਹੁੰਦਾ ਹੈ n ਸਕੁਅਰ ਦੇ ਇਕੁਅਲ ਹੁੰਦਾ ਹੈ ਤੇ n ਇੱਥੇ ਆਪਣੇ ਕੋ ਕੀ ਹੈ ਕਿੰਨੀਆਂ ਟਾਂਕ ਸੰਖਿਆਵਾਂ ਹਨ ਆਪਣੇ ਕੋ ਸਟਾਰਟ ਹਮੇਸ਼ਾ ਆਪਾਂ 1 ਤੋਂ ਹੀ ਕਰਨੀਆਂ ਹਨ तो देखो इतने अपने को टांग टाक नजर आ रही हैं एक दो तीन चार पं छत अठ इट इत मीन इतने अपने को एन कि आ गया है किनिया टांग संख्याव का आप जोड़ करना है अठ टांग संख्याव का जोड़ करना है तो जेकर टांग संख्या अपने को कि आ गई हैं अठ तो एन की जगह आप है अठ भर जा है तो देखो की आ जाएगा एन दर घात दो है इटमीन अठ की घात दो आ जाएगी अठ की घात दो मतलब अठ गुणा अठ अठ न्ठ ना गुणा करा तो कि आ जाएगा स्टूडेंट अपने को चौंट आ जाएगा इट मीन ये जो आप नंबरज नज़र आ रहे हैं टांग संख्या इन्हों का दिक्कत आ जाएगा चौंट देखल आ जाएगा इट मीन कि ऑप्शन राइट है जी डी ऑप्शन इज़ द राइट ऑप्शन